ਪੰਜਾਬ ਪੁਲਿਸ ਕਾਂਸਟੇਬਲ ਭਰਤੀ ਮਾਮਲੇ 'ਚ ਸੀਐਮ ਆਰ ਨੂੰ ਵੱਡੀ ਗਿਣਤੀ ਵਿੱਚ ਅੱਜ ਨੌਜਵਾਨ ਮਿਲਣ ਪਹੁੰਚੇ ਆਪਣੇ ਮੰਗਾਂ ਸੰਬੰਧੀ ਉਹਨਾਂ ਨੇ ਜਾਣੂ ਕਰਵਾਇਆ ਨੌਜਵਾਨਾਂ ਨੂੰ ਹਾਲੇ ਤੱਕ ਜਿਹੜਾ ਜੁਆਇਨਿੰਗ ਲੈਟਰ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਜਿਹੜਾ ਇਹ ਸਾਰੇ ਬੇਰੁਜ਼ਗਾਰ ਜਿਹੜੇ ਨੌਜਵਾਨ ਹਨ ਆਪਣੀ ਜੁਆਇਨਿੰਗ ਲੈਟਰ ਦੇ ਅੱਗੇ ਦੀ ਜਿਹੜੀ ਹੈ ਜਾਣਕਾਰੀ ਲੈਣ ਲਈ ਉੱਥੇ ਪਹੁੰਚੇ ਸਨ ਪਰ ਅੱਜ ਸੀਐਮ ਮਾਨ ਜਿਹੜੇ ਨੇ ਪੀਐਮ ਮੋਦੀ ਨੂੰ ਮਿਲਣ ਲਈ ਦਿੱਲੀ ਗਏ ਹੋਏ ਹਨ ਇਸ ਸੰਬੰਧੀ ਸਾਡੇ ਪੱਤਰਕਾਰ ਨੇ ਇਹਨਾਂ ਨਾਲ ਗੱਲਬਾਤ ਕੀਤੀ ਕਿ ਕੁਝ ਕਹਿਣਾ ਇਹਨਾਂ ਦਾ ਸੁਣਦੇ ਹਾਂ ਸਸ਼ੀਕਾਲ ਮੈਂ ਤੁਹਾਡੇ ਨਾਲ ਕਮਲਦੀਪ ਕੌਰ ਮਾਨ ਸਰਕਾਰ ਬਣਦੇ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਨਵੀਂ ਸਰਕਾਰ ਦੇ ਖਿਲਾਫ ਕੁਝ ਨੌਜਵਾਨ ਇਕੱਠੇ ਹੋਏ ਨੇ ਕਿਉਂਕਿ ਭਰਤੀ ਦਾ ਮਾਮਲਾ ਹੈ ਪੁਲਿਸ ਦੇ ਵਿੱਚ ਕਨਸਟੇਬਲਾਂ ਦੀ ਭਰਤੀ ਹੋਈ ਸੀ ਪਰ ਉਹਨਾਂ ਨੂੰ ਅਜੇ ਤੱਕ ਜੋਇਨਿੰਗ ਲੈਟਰ ਨਹੀਂ ਮਿਲਿਆ ਜਿਸ ਲਈ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਆਏ ਸਨ ਪਰ ਭਗਵੰਤ ਮਾਨ ਜਿਹੜੇ ਹੈਗੇ ਨੇ ਉਹ ਪੀਐਮ ਨੂੰ ਮਿਲਣ ਦੇ ਲਈ ਰਵਾਨਾ ਹੋ ਗਏ ਨੇ ਤਾਂ ਅਖਰ ਕੀ ਮਸਲਾ ਕੀ ਹੈ ਪੂਰਾ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਨੌਜਵਾਨ ਹੈਗੇ ਨੇ ਪਹਿਲਾਂ ਤਾਂ ਇਹ ਹੀ ਜਾਣਾਂਗੇ ਕਿੰਨੀਆਂ ਭਰਤੀਆਂ ਹੋਈਆਂ ਸੀਗੀਆਂ ਕਿਸ ਸਮੇਂ ਹੋਈਆਂ ਸੀ ਮੈਮ 4300 ਕੁਝ ਭਰਤੀਆਂ ਸੀਗੀਆਂ ਆ ਪਿਛਲੇ ਸਾਲ 2021 ਚ ਸ਼ੁਰੂ ਹੋਇਆ ਸੀ ਇਹਦਾ ਉਦੋਂ ਤੋਂ ਲੈ ਕੇ ਅਸੀਂ ਪਹਿਲੇ ਪੇਪਰ ਦਿੱਤਾ 25 26 ਤਰੀਕ ਨੂੰ ਸਤੰਬਰ ਨੂੰ ਫੇਰ ਸਾਡੀ ਦਸੰਬਰ ਦੇ ਵਿੱਚ 3 ਤਰੀਕ ਤੋਂ ਲੈ ਕੇ 17 ਤਰੀਕ ਤੱਕ ਡਰਾਇਲ ਹੋਇਆ ਉਸ ਤੋਂ ਬਾਅਦ ਸਾਨੂੰ 8 ਤਰੀਕ ਨੂੰ ਰਿਜ਼ਲਟ ਆਇਆ ਜੀ 12:00 ਵਜੇ ਦੇ ਕਰੀਬ ਉਸ ਤੋਂ ਬਾਅਦ ਇਹ ਸਾਡਾ ਚੋਣ ਜਾਬਤਾ ਲੱਗ ਗਿਆ ਜੀ ਚੋਣ ਜਾਬਤਾ ਤੋਂ ਬਾਅਦ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮਿਲੇ ਸੀ ਕਿ ਸਾਡਾ ਪ੍ਰੋਸੈਸ ਦਾ ਕੀ ਅੱਗੇ ਹੋਏਗਾ ਬਟ ਉਹ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਦੋਂ ਜਦੋਂ ਹੀ ਸਰਕਾਰ ਬਣੇਗੀ ਤੇ ਅਸੀਂ ਤੁਹਾਡਾ ਪ੍ਰੋਸੈਸ ਸ਼ੁਰੂ ਕਰ ਦਾਂਗੇ ਬਟ ਹੁਣ ਸਰਕਾਰ ਬਣੀ ਨੂੰ ਵੀ 10-15 ਦਿਨ ਹੋ ਗਏ ਆ ਸਾਡਾ ਪ੍ਰੋਸੈਸ ਅਸੀਂ ਇੱਥੇ ਉਹੀ ਪੁੱਛਣ ਆਏ ਆ ਜੀ ਕਿ ਸਾਡੇ ਪ੍ਰੋਸੈਸ ਦਾ ਹੁਣ ਅੱਗੇ ਕੀ ਹੋਏਗਾ ਇਸ ਕਰਕੇ ਅਸੀਂ ਇੱਥੇ ਮੁੰਡੇ ਕੁੜੀਆਂ ਇਕੱਠੇ ਹੋਏ ਆ ਜੀ ਸਾਡਾ ਰਿਜ਼ਲਟ ਆਊਟ ਹੋਇਆ ਹੋਇਆ ਜੀ ਜੁਆਇਨਿੰਗ ਰਹਿੰਦੀ ਸਾਡੀ ਬਸ ਅਸੀਂ ਜੁਆਇਨਿੰਗ ਦੀ ਡਿਮਾਂਡ ਕਰ ਰਹੇ ਹਾਂ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਅਪੀਲ ਕਰ ਰਹੇ ਹਾਂ ਵੀ ਸਾਡੀ ਜੁਆਇਨਿੰਗ ਕਰਾਈ ਜਾਵੇ ਤੇ ਉੱਤੋਂ ਜੀ ਸਰਕਾਰ ਗਵਰਨਮੈਂਟ ਨੇ ਨਵੀਆਂ ਵੈਕੈਂਸੀਆਂ ਅਨਾਉਂਸ ਕੀਤੀਆਂ 25000 10000 ਪੁਲਿਸ ਵਿਭਾਗ ਦੀਆਂ ਨੇ ਉਹਨਾਂ ਦਾ ਕੋਈ ਪਤਾ ਨਹੀਂ ਕਿਹੜੀਆਂ ਵੈਕੈਂਸੀਆਂ ਨੇ ਸਾਡੇ ਵਾਲਿਆਂ ਨੇ ਅਸੀਂ ਆਡਾਂ ਜਾਂ ਅਸੀਂ ਉਹਨਾਂ ਦੇ ਵਿੱਚ ਇਨਕਲੂਡ ਆ ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਅਸੀਂ ਸਰਕਾਰ ਨੂੰ ਹੀ ਅਪੀਲ ਕਰਦੇ ਹਾਂ ਵੀ ਸਾਡੀ ਜੁਆਇਨਿੰਗ ਕਰਵਾਈ ਜਾਵੇ ਸਾਡਾ ਰਿਜ਼ਲਟ ਆਊਟ ਆ ਸਾਰਾ ਸਾਨੂੰ ਜੀ ਹਾਂਜੀ 8 ਜਨਵਰੀ ਰਿਜ਼ਲਟ ਆਇਆ ਜੀ ਉਸ ਤੋਂ ਬਾਅਦ ਹਲੇ ਤੱਕ 3 ਮਹੀਨੇ ਹੋ ਚਲੇ ਨੇ ਕਰੀਬ 4258 ਪੋਸਟਸ ਡਿਸਟ੍ਰਿਕਟ ਤੇ ਆਰਮਡ ਕਾਡਰ ਦੇ ਵਿੱਚ ਸੀ ਜੀ ਸਾਡੀਆਂ ਤੇ ਹੁਣ ਇਹਨਾਂ ਨੇ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਨੇ ਉਹ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਜਿਹੜੀਆਂ ਨੇ ਕੱਡੀਆਂ ਸਾਨੂੰ ਇਨਕਲੂਡ ਕੀਤਾ ਕਿ ਐਕਸਕਲੂਡ ਕਰਕੇ ਕੱਡੀਆਂ ਨੇ ਸਾਨੂੰ ਜਲਦੀ ਤੋਂ ਜਲਦੀ ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਵੀ ਜੁਆਇਨਿੰਗ ਲੈਟਰ ਦਿੱਤੇ ਜਾਣ ਤਾਂ ਜੋ ਅਸੀਂ ਆਪਣਾ ਅਗਲਾ ਪ੍ਰਸਾਸਰ ਸੇ ਤਾਂ ਇਹਨਾਂ ਨੇ ਸਿਰਫ ਬਿਆਨ ਕੀਤਾ ਹੀ ਅਜੇ گورਨਮੈਂਟ ਨਹੀਂ ਗੱਡੀ ਲੇਕਿਨ ਸਾਨੂੰ ਐਂ ਲੱਗਦਾ ਵੀ ਇਹਨਾਂ ਨੇ ਇਹ ਕਿਹਾ ਵੀ 10000 ਅਸੀਂ ਪੰਜਾਬ ਪੁਲਿਸ ਦੀ ਭਰਤੀ ਕਰਾਂਗੇ ਉਹਦੇ ਵਿੱਚ ਹੁਣ ਸਾਨੂੰ ਨਹੀਂ ਪਤਾ ਵੀ ਸਾਨੂੰ ਵਿੱਚ ਲਿਆ ਕਿ ਨਹੀਂ ਲਿਆ ਅਜੇ ਤਾਂ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਫਿਲਹਾਲ ਉਹ ਕਹਿ ਆ ਵੀ ਇਸ ਮਹੀਨੇ ਰਿਕਵਰਮੈਂਟ ਦਾ ਨੋਟੀਫਿਕੇਸ਼ਨ ਆ ਜਾਏਗਾ ਹੁਣ ਸਾਨੂੰ ਅਸੀਂ ਇਹੀ ਮੰਗ ਕਰਦੇ ਆ ਵੀ ਸਾਨੂੰ ਪਹਿਲਾਂ ਜੁਆਇਨਿੰਗ ਦਿੱਤੀ ਹੈ ਕਿਉਂ ਅਸੀਂ ਫਿਰ ਅਸੀਂ ਧਰਨੇ ਲਈ ਅਸੀਂ ਹੁਣ ਧਰਨਾ ਨਹੀਂ ਲਾਉਣਾ ਅਸੀਂ ਜਸਟ ਸੀਐਮ ਸਾਹਿਬ ਨਾਲ ਗੱਲ ਕਰਨ ਆਏ ਆ ਠੀਕ ਹੈ ਮੰਗ ਪੱਤਰ ਦੀ ਨਈ ਹੈ ਵੀ ਸਾਨੂੰ ਜਲਦੀ ਤੋਂ ਜਲਦੀ ਜਿੰਨਾ ਜਲਦੀ ਹੋ ਸਕੇ ਸਾਨੂੰ ਜੁਆਇਨਿੰਗ ਦਿੱਤੀਆਂ ਹਨ ਅਸੀਂ ਆਪਣੀਆਂ ਡਿਊਟੀਆਂ ਤੇ ਜਾਈਏ ਕੰਮ ਕਰੀਏ ਠੀਕ ਹੈ ਜੀ ਹੁਣ 2-3 ਮਹੀਨੇ ਓਵਰ ਹੋ ਚੁੱਕੇ ਆ ਠੀਕ ਹੈ ਇਹੀ ਆ ਵੀ ਸਾਡੀ ਤਾਂ ਮੰਗ ਵੀ ਸਾਨੂੰ ਜਲਦੀ ਤੋਂ ਜਲਦੀ ਜੁਆਇਨਿੰਗ ਦਿੱਤੀ ਜਾਵੇ ਜੀ ਸਰ ਸਾਡਾ ਮਸਲਾ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਜੁਆਇਨਿੰਗ ਨੂੰ ਲੈ ਕੇ ਜਿਹਦਾ ਕਿ 26 ਜੁਲਾਈ ਨੂੰ ਨੋਟੀਫਿਕੇਸ਼ਨ ਆਇਆ ਸੀ ਸਤੰਬਰ 25 26 ਸਤੰਬਰ ਨੂੰ ਉਹਦਾ ਪੇਪਰ ਹੋਇਆ ਦਸੰਬਰ ਦੇ ਵਿੱਚ ਟ੍ਰਾਇਲ ਲਏਗੇ ਤੇ 8 ਜਨਵਰੀ ਨੂੰ ਉਹਦਾ ਰਿਜ਼ਲਟ ਆ ਗਿਆ ਹੈ ਸਾਡਾ A to Z ਪ੍ਰੋਸੈਸ ਕੰਪਲੀਟ ਹੈ ਸਿਰਫ ਸਾਡੀ ਇਹ ਜਿਹੜੀ ਜੁਆਇਨਿੰਗ ਰੁਕੀ ਹੋਈ ਹੈ ਜਿਹੜੀ ਕੋਡ ਬੰਡਕਟ ਕਰਕੇ ਰੁਕੀ ਸੀ ਪਰ ਸਾਨੂੰ ਡਿਪਾਰਟਮੈਂਟ ਨੇ ਕਿਹਾ ਸੀ ਵੀ ਸ਼ੋਰਟੀ ਦਿੱਤੀ ਸੀ ਵੀ ਕੋਈ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਲੈ ਕੇ ਤੁਹਾਡੀ ਬਹੁਤ ਜਲਦੀ ਜੁਆਇਨਿੰਗ ਕਰਾਈ ਜਾਏਗੀ ਪਰ ਸਾਨੂੰ ਹਾਲੇ ਤੱਕ ਵੀ ਡਿਪਾਰਟਮੈਂਟ ਵੱਲੋਂ ਕੋਈ ਐਹੋ ਜੀ ਹਾਲੇ ਨੋਟੀਫਿਕੇਸ਼ਨ ਨਹੀਂ ਆਇਆ ਵੀ ਜੁਆਇਨਿੰਗ ਰਿਲੇਟਡ ਕੋਈ ਐਹੋ ਜੀ ਹੋਏ ਫਿਰ ਅਸੀਂ ਟਾਈਮ-ਟਾਈਮ ਨਾਲ ਡਿਪਾਰਟਮੈਂਟ ਨਾਲ ਮੀਟਿੰਗਾਂ ਕਰਦੇ ਰਹੇ ਆ ਡਿਪਾਰਟਮੈਂਟ ਨੇ ਸਾਨੂੰ ਇਹੀ ਕਿਹਾ ਸੀ ਵੀ ਤੁਹਾਡੀ ਕੋਸ਼ਟੇਮ ਬਾਅਦ ਪ੍ਰੋਸੈਸ ਸ਼ੁਰੂ ਹੋ ਜਾਏਗਾ ਪਰ ਪ੍ਰੋਸੈਸ ਸ਼ੁਰੂ ਨਹੀਂ ਹੋਇਆ ਹੈਗਾ ਇਸ ਲਈ ਅੱਜ ਅਸੀਂ ਸੀਐਮ ਸਾਹਿਬ ਨੂੰ ਇੱਥੇ ਮਿਲਣ ਆਏ ਸੀ ਸੀਐਮ ਸਾਹਿਬ ਦੇ ਦਿੱਲੀ ਦੌਰੇ ਕਰਕੇ ਇੱਥੇ ਕੋਈ ਮਿਲ ਨਹੀਂ ਸਕੇ ਹੈਗਾ ਤੇ ਅਸੀਂ ਆਪਣਾ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਦੇ ਦਿੱਤਾ ਤੇ ਐਸਐਸਪੀ ਸਾਹਿਬ ਨੇ ਸਾਨੂੰ ਪੂਰੀ ਸ਼ਿਉਰਟੀ ਦਿੱਤੀ ਹੈ ਵੀ 1-2 ਦਿਨ ਤੱਕ ਤੁਹਾਨੂੰ ਸੀਐਮ ਨਾਲ ਮਿਲਣ ਦਾ ਟਾਈਮ ਮਿਲ ਜਾਏਗਾ ਤੇ ਅਸੀਂ ਪੂਰੀ ਸ਼ਿਉਰਟੀ ਲੈ ਕੇ ਉੱਥੋਂ ਫਿਰ ਇੱਥੇ ਆਏ ਆ ਮੰਗ ਪੱਤਰ ਦੇ ਕੇ ਹਾਂ ਮੰਗ ਪੱਤਰ ਭਰਤੀ 4358 ਕੈਂਡੀਡੇਟਸ ਦੀ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਇਹ ਭਰਤੀ ਹੋਈ ਸੀ 2021 ਦੇ ਵਿੱਚ ਉਹਦਾ A to Z ਪ੍ਰੋਸੈਸ ਸਾਰਾ ਕੰਪਲੀਟ ਹੋ ਚੁੱਕਿਆ ਵੈਰੀਫਿਕੇਸ਼ਨਾਂ ਹੋ ਚੁੱਕੀਆਂ ਨੇ ਸਿਰਫ ਉਹਦੀ ਸਿਰਫ ਜੁਆਇਨਿੰਗ ਰੁਕੀ ਹੋਈ ਹੈ ਸਾਡਾ ਮੇਨ ਮੁੱਦਾ ਬਸ ਇਹੀ ਹੈ ਵੀ ਗਵਰਨਮੈਂਟ ਬਣੀ ਹੈ ਸਾਡੀ ਜਲਦੀ ਤੋਂ ਜਲਦੀ ਜੁਆਇਨਿੰਗ ਕਰਾਈ ਜਾਵੇ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ 33% ਕੋਟਾ ਜਿਹੜਾ ਸੀ ਉਹ ਕੁੜੀਆਂ ਦਾ ਸੀਗੇ ਇਹਦੇ ਵਿੱਚੋਂ ਹੁਣ ਹਰ ਇੱਕ ਕੁੜੀ ਨੇ ਬਹੁਤ ਮਿਹਨਤ ਕੀਤੀ ਹੋਈ ਆ ਪਲੀਜ਼ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਸਾਡੀ ਜੋਇਨਿੰਗ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਸਾਡਾ ਸਭ ਕੁਝ ਕਲੀਅਰ ਵਾ ਹੁਣ ਨਵੀਂ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਨੇ ਕਿ ਸਾਡਾ ਜਲਦੀ ਤੋਂ ਜਲਦੀ ਪ੍ਰੋਸੈਸ ਸ਼ੁਰੂ ਕੀਤਾ ਜਾਵੇ